ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮੁ ਅਲੈਕੁਮ, ਵੇਖ ਰਹੇ ਹੋ ਤੁਸੀਂ ਆਪਣਾ ਸੁਰਖੀਆਂ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਦੇ ਚਾਂਦ ਭਰਾਵਾਂ ਬੱਤੇ ਰੋਜ਼ਾਨਾ ਦੇ ਨਵੇਂ ਤੋਂ ਨਵੇਂ ਤੇ ਅੱਛੇ ਤੋਂ ਅੱਛੇ ਵੀਡੀਓ ਲੈ ਕੇ ਜ਼ਰੂਰ ਵੇਖਦਾ। ਉਮੀਦ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ। ਵੀਡੀਓ ਨੂੰ ਲਾਈਕ ਵੀ ਕਰ ਦਿਓ, ਵੀਡੀਓ ਨੂੰ ਸ਼ੇਅਰ ਵੀ ਕਰ ਦਿਓ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੇਂ ਤੋਂ ਨਵੇਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ। ਐਡਰੈਸ ਅੰਜੇ ਕੇ ਜ਼ਿਲ੍ਹਾ ਤਹਿਸੀਲ ਗੁਜਰਾਤ ਹੈ ਔਰ ਪਿੰਡ ਜਿਹੜਾ ਜਿਹਨਾਂ ਦਾ ਸਾਰੋ ਕੀ ਹੈ ਲੋਕੇਸ਼ਨ ਹਰ ਵੀਡੀਓ ਚ ਦੱਸੀ ਦੀ ਹੈ। ਕਿਸੇ ਵੀ ਭਰਾਵਣਾ ਹੋਵੇ ਗੁਜਰਾਤ ਤੋਂ ਜਿਹੜਾ ਰੋਡ ਨਿਕਲਦਾ ਨਾ ਸਰਗੋਧਾ ਰੋਡ, ਉਸ ਰੋਡ ਦੇ ਉੱਤੇ ਆਉਣਾ ਤੇ ਅੱਗੇ 3 ਕਿਲੋਮੀਟਰ ਤੋਂ ਬਾਅਦ ਜਿਹੜਾ ਨਾ ਇਹਨਾਂ ਦਾ ਪਿੰਡ ਆਉਂਦਾ, ਇਹੀ ਇਹਨਾਂ ਦੀ ਲੋਕੇਸ਼ਨ ਹੈ। ਤੇ ਬਾਕੀ ਜਿਹੜੀ ਗੱਲਬਾਤ ਹੈ ਡੰਗਰਾਂ ਦੇ ਉਹ ਸਾਰੀ ਚੱਲਾਂ ਭਾਈ ਮੈਂ ਦੱਸਣ ਨਾ ਕਰ ਲਾਂ ਤੇ ਪੁੱਛ ਲਾਂਦੇ ਕਿ ਕਿੰਨੇ ਨੇ ਡੰਗਰ ਜਿਹੜੇ ਅੱਜ ਉਹਨਾਂ ਵੀਡੀਓ ਚ ਲਾਣੇ ਨੇ, ਡੰਗਰ ਵੇਖ ਲੈਣੇ ਨੇ। ਅਗਲੀ ਗੱਲਬਾਤ ਜਿਹੜੀ ਉਹ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ ਤੇ ਲਾ ਜਾਣਾ, ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਪੈਨ ਕਰ ਲੈਣਾ ਤੇ ਅੱਲਾ ਪਾਕ ਰੱਖੇ ਖੈਰ। ਤੇ ਪਹਿਲਾਂ ਤੱਕੀ ਜਿਹੜਾ ਨਾ ਵੀਡੀਓ ਕਰਨੇ ਆ ਜੀ ਸ਼ੁਰੂ। ਭਾਈ ਅਲੀ ਨੇ ਆਫ ਅਮੈਰੀਕਾ ਤੋਂ ਸਲਾਮ ਪੇ ਦਿੰਦੇ ਹਾਂ, ਸਲਾਮ ਦਿਓ। ਤੇ ਦੂਸਰਾ ਰਹੀਮ ਯਾਰ ਹਮ ਜਾਂ ਦੋ ਗਈਆਂ ਪਿਛਲੀ ਵਾਰੀ, ਉਹ ਵੀ ਤੁਹਾਨੂੰ ਸਲਾਮ ਪੇ ਦਿੰਦੇ ਹਨ। ਬੜੇ ਭਰਾ ਨਾ ਸਾਡੇ ਪਿਆਰ ਵਾਲੇ ਨੇ, ਚੰਗੇ ਨੇ। ਨਾਂ ਨੀ ਉਹਨਾਂ ਦਾ ਯਾਦ ਹੈ, ਸਾਰੇ ਆ ਦਿੱਤੇ ਨੇ। ਪਿਛਲੀ ਵਾਰ ਜਿਹੜੀਆਂ 6 ਲਾਈਆਂ ਤੁਸੀਂ, ਮੈਂ 9:30 ਵਾਲੀ ਵੀਡੀਓ ਲਾਈ ਹੈ, 10:30 ਨੂੰ ਮੈਂ ਵੇਲਾ ਹੋ ਗਿਆ। ਦੋ ਜਿਹਾ ਗਈਆਂ ਜੀ ਰਹੀਮ ਯਾਰ ਹਨ, ਇੱਕ ਗਈ ਜੀ ਮੁਲਤਾਨ ਸ਼ਹਿਰ, ਇੱਕ ਦਸਕੇ ਗਈ ਹੈ, ਤੇ ਇੱਕ ਆਪਣੇ ਚਾਚੂ ਜਾਕਰ ਚੀਮਾ ਸਾਹਿਬ ਨੇ ਗੁਜਰਾਲ ਦੇ, ਬੜੇ ਪਿਆਰੇ ਨੇ ਉਹ ਵੀ, ਚਾਚੀ ਹਰੀ ਕਸਟਮਰ ਨੀ ਉਹਨਾਂ ਨੂੰ ਮੈਂ ਆਉਣਾ। ਠੀਕ ਹੋ ਗਿਆ ਜੀ, ਤੇ ਉਹਨਾਂ ਕੋਈ ਚਲੋ ਅੱਲਾਹ ਤਾਲਾ ਉਹਨਾਂ ਨੇ ਨਸੀਬ ਕਰੇ, ਸਲਾਮ ਦੇਣੇ। ਲੋ ਜੀ ਜਿਹੜੇ ਜਿਹੜੇ ਵੀ ਭਰਾ ਲੈ ਕੇ ਗਏ ਨੇ ਅੱਲਾਹ ਪਾਕ ਉਹਨਾਂ ਦੇ ਨਸੀਬ ਕਰੇ। ਤੇ ਭਾਈ ਅਲੀ ਜਨਾਬ ਆਲਮ ਕੀਮ ਅਮਰੀਕਾ, ਸਲਾਮ ਜਨਾਬ ਤੁਹਾਡਾ ਵੀ ਪੁੱਜ ਗਿਆ ਤੇ ਰਹੀਮ ਯਾਰ ਵਾਲਿਆਂ ਦਾ ਵੀ ਜਿਹੜਾ ਨਾ ਉਹ ਵੀ ਜਨਾਬ ਸਲਾਮ ਪੁੱਜ ਗਿਆ। ਤੇ ਬਾਕੀ ਸਾਰੇ ਭਰਾਵਾਂ ਦੀ ਜਿਹੜਾ ਨਾ ਇਹ ਚਾਹਤ ਮੁਹੱਬਤ ਲੱਗਣ ਦਾ ਜਿਹੜਾ ਇਹ ਸ਼ੁਕਰੀਆ ਅਦਾ ਕਰਨਾ ਮੇਰੇ ਤਰਫੋਂ ਇਹ ਸਲਾਮ ਅੱਜ ਦਾ। ਗਰਮੀ ਤਾਂ ਵਾਕਈ ਬੜੀ ਹੈ, ਅੱਲਾਹ ਤਾਲਾ ਅੱਗੇ ਦੁਆ ਹੈ ਸਾਰੇ ਭਰਾ ਮੁਸਲਮਾਨ ਕਰੋ, ਕਬਰੇ ਰਹਿਮਤ ਅੱਲਾਹ ਤਾਲਾ ਇਜਾਦ ਕਰੇ, ਬੜੀ ਗਰਮੀ ਹੋ ਗਈ ਹੈ, ਜ਼ਰੂਰਤ ਹੈ ਜਿਹਾ। ਸਭ ਮੁਸਲਮਾਨ ਭਰਾਵਾਂ ਨੂੰ ਮੇਰੀ ਤਰਫੋਂ ਅਸਲਾਮ ਅਲੈਕਮ, ਦੁਨੀਆਂ ਚ ਜੇ ਨੁੱਕਰ ਦੇ ਮੁਸਲਮਾਨ ਭਰਾ ਹੋਏ ਵਸਦੇ ਨੇ, ਸਾਰਿਆਂ ਨੂੰ ਮੇਰੀ ਤਰਫੋਂ ਸਲਾਮ ਹੈ। ਤੇ ਤੁਸੀਂ ਦੁਆ ਹਰ ਵਾਰੀ ਪਰਦੇਸੀਆਂ ਵਾਸਤੇ, ਅੱਲਾਹ ਤਾਲਾ ਉਹਨਾਂ ਨੂੰ ਆਪਣੀ ਹਿਫਜ਼ੋ ਮਾਂ ਚ ਰੱਖੇ ਤੇ ਹੈ ਸੀ ਯਾਰ ਨਾ ਆਪਣੇ ਵਤਨਾਂ ਚ ਆਪਣੇ ਮੁਲਕ ਲੈ ਗਿਆ। ਲੋ ਜੀ ਕਰੀਏ ਵੀਡੀਓ ਨੰਬਰ 1 ਤੇ ਹੀ ਲਾਣੀ ਹੈ। ਲੋ ਜੀ ਕੋਲ ਹੋ ਜੀ ਨੰਬਰ ਜਿਹੜੀ ਹੈ ਨਾ ਜੀ, ਇੱਕ ਮਾਜ ਬਲਾਲ ਇੱਕ ਵਾਰੀ ਤਕਾਇਦ ਬਾਕੀ ਲੈਣੇ ਦੇਣੇ ਜਿਹੜਾ ਹੈ ਨਾ ਇਹ ਨਸੀਬ ਨੇ ਜਨਾਬ। ਹਾਈਟ ਵੇਲ ਔਰ ਮਾਸ਼ਾਅੱਲਾ ਹਾਈਟ ਵੀ ਚੈੱਕ ਕਰਨੀ ਹੈ ਔਰ ਲਾਮ ਜਿਹੜਾ ਹੈ ਨਾ ਵੇਲ ਵੀ ਜਿਹੜਾ ਹੈ ਨਾ ਤੇ ਮੈਂ ਜਿਹਦੇ ਭਰਾਵਾਂ ਨੇ ਚੈੱਕ ਕਰਨੀ ਹੈ, ਲੈਣੇ ਦੇਣੇ ਨਸੀਬ ਨੇ। ਲੋ ਜੀ ਭਾਈ ਮੈਂ ਦੱਸਾਂ ਸੁਬਾਹ ਕੇ ਲਿਆ ਜੇ ਮੱਝੀ ਨੇ, ਸੁਬਾਹ ਭਾ ਲਿਆ ਜੇ ਮੈਂ ਤੀਸਰਾ। ਠੀਕ ਹੈ, ਜਨਮ ਲੰਮਾ ਸੁਬਾਹ ਕਰਦੀ ਹੈ ਜਿਸ ਘਰੋਂ ਦਾ ਹੀ ਮੈਂ 2-3 ਸਾਲ ਨਾਲ ਦੁੱਧ ਪਿਆ ਦਿੰਦੀ ਹੈ। ਠੀਕ ਹੈ, ਐਂਡ ਤੇ ਆ ਕੇ ਨਾ ਮਹੀਨਾ ਡੇਢ ਆ ਵੀ ਛੱਡਣੀ ਹੈ, ਇਹ ਗੱਲ ਸਹੂ ਹੈ ਤੇ ਦੁੱਧ ਪਈ ਰਹਿੰਦੀ ਹੈ। ਵੈਰੀ ਗੁੱਡ ਜੀ। ਹੋਰ ਜਿਹਨੂੰ ਭਾ ਨਸਲ ਆਉਂਦੇ ਨੇ ਨਾ ਇਦੋਂ ਉੱਚੇ ਕੱਦ ਤੇ ਵੇਲਾਂ ਕੋਈ ਨਹੀਂ ਹੁੰਦੀਆਂ, ਮਾਸ਼ਾਅੱਲਾ ਹਾਈਟ ਹਾਈਟ ਵੇਖਣ ਵੇਲ ਵੇਖਣ ਤੇ ਜਿੱਡੀ ਆਪ ਮੇਰਾ ਭਾ ਉੱਡਾ ਹੀ ਲਿਬਾਸ ਹੈ। ਠੀਕ ਹੈ,
ਬਲਾਲ ਇੱਕ ਵਾਰੀ ਲਿਬਾਸ ਵਜ਼ਾਹਤ ਕੀਤੀ ਹਾਈਟ ਵੀ ਤੇ ਵੇਲ ਵੀ ਜਿਹੜਾ ਨਾ ਮੰਜੀ ਦੀ ਚੰਗੀ ਲੋ ਜੀ ਭਾਈ ਮੈਂ ਦੱਸ ਦੁੱਧ ਭਾ ਪਿਛਲੀ ਘਰੋਂ ਮੈਂ ਲਿਆਂਦਾ ਬੀਬੀ ਚਾਹੁੰਦੀ ਸੀ ਬੀਬੀ ਘਰੋਂ ਲਿਆਂਦਾ ਠੀਕ ਹੈ ਉਹਨਾਂ ਤਰੇ 200-300 ਸੂਈ ਉਹਨਾਂ ਮੈਨੂੰ ਆਖਿਆ ਅਸੀਂ ਚੁੰਦਰੇ ਆ 1500-1600 ਸਿਰ ਠੀਕ ਹੋ ਗਿਆ ਮੈਂ ਜਿਹੜਾ ਚੋਗ ਲਿਆਂਦੀ 14 ਸਿਰ ਭਾ ਮੇਰਾ ਮੂੰਹ ਹੈ ਜਿੱਡੀ ਵੱਡੀ ਮੱਝ ਹੈ ਨਾ ਮੈਂ ਇਹਦਾ ਪਿਆ ਆਖਣਾ 17-18 ਠੀਕ ਹੈ ਤੇ ਪਚਾਂਦੀ ਵੀ ਹੈ ਗੱਲ ਉਹ ਹੀ ਕਰਨੀ ਹੈ ਜਿਹੜੀ ਜੈਨੂਇਨ ਹੈ ਵੈਰੀ ਗੁੱਡ ਡੱਬੇ ਮਾਰੀ ਇਹਦੇ ਔਖੇ ਵੱਜਦੇ ਨੇ ਗੱਲ ਉਹ ਕਰਨੀ ਚਾਹੀਦੀ ਹੈ ਜਿਹੜੀ ਹੋਵੇ ਇਨਸ਼ਾਅੱਲਾ ਤਾਲਾ ਅੱਲਾ ਮੇਰਾ ਸੋਹਣਾ ਹੈਰ ਕਰੇ ਨਾ 14 ਸਿਰ ਝੋਟੀ ਕੋ ਦੁੱਧ ਦੇ ਮੈਂ 13 ਦੀ ਤਸੱਲੀ ਦੇਣਾ ਲੋ ਜੀ 14ਵਾਂ ਛੱਡ ਦੇਣਾ 14ਵਾਂ ਛੱਡਾਂ 13 ਸਿਰ ਦੀ ਤਸੱਲੀ ਦਵਾਂਦਾ ਇਨਸ਼ਾਅੱਲਾ ਤਾਲਾ ਅੱਲਾ ਮੇਰਾ ਸੋਹਣਾ ਹੈਰ ਕਰੇ ਜਿਹੜਾ ਮੈਨੂੰ ਬੀਬੀ ਦਾ ਆਖਿਆ ਨਾ ਉੱਥੇ ਜਾਈਦੀ ਵੈਰੀ ਗੁੱਡ ਜੀ ਇਹ ਹੀ ਹੈ ਨਾ ਬੱਚਾ ਲੋ ਜੀ ਬੱਚਾ ਵੀ ਬਲਾਲ ਨਾਲ ਹੀ ਕੱਟਾ ਜਿਹੜਾ ਹੈ ਨਾ ਇੱਕ ਥਣ ਪੀਂਦਾ ਸਿਰ ਬਿਸਮਿਲ੍ਲਾ ਪੜੋ ਜਨਾਬ ਕਿਸੇ ਭਰਾ ਨੂੰ ਪਸੰਦ ਆਵੇ ਨਾ ਤੜਕ ਜੇ ਇਨਸ਼ਾਅੱਲਾ ਤਾਲਾ ਨਾ ਜਿੰਜ ਅੱਗੇ ਮੈਂ ਡੇਢ ਦੋ ਘੰਟਿਆਂ ਤੁਹਾਨੂੰ ਫੋਨ ਕਰਨਾ ਨਾ ਭਾਵ ਵਿਹਲਾ ਹੋ ਗਿਆ ਜੇ ਇਨਸ਼ਾਅੱਲਾ ਸੋਹਣਾ ਹੈਰ ਕਰੇ ਆਪਣਾ ਤਸੱਲ ਕਾਇਮ ਹੀ ਰਹੇ ਮੱਝਾ ਮਾਝ ਤੇ ਆਇੰਦਾ ਮੈਂ ਮੁੱਲ ਕਰਾਂਗਾ ਇਹਦਾ 6 ਲੱਖ ਵੀ ਭਾਵ ਪਹੁੰਚਾਉਂਦੀ ਹੈ ਪੱਕਾ ਜਿਹਾ ਮੁੱਲ ਕਰ ਹੜਨਾ ਇਹਦਾ ਮੁੱਲ ਨੀ ਭਾਜ ਮੈਂ ਕਰਨਾ 4 ਵੀ ਜਿਹੜਾ ਜਿੰਨਾ ਹੀ ਦੇਹ ਹੜਦੀਆਂ ਨਾ ਭਰਾ ਵੀ ਮਾਸ਼ਾਅੱਲਾ ਆਉਂਦੇ ਨੇ ਤੇ ਆਖਣ ਦੇ ਵਿੱਚ ਕਿਸੇ ਭਰਾ ਨੂੰ ਪਸੰਦ ਆਈ 3,85,000 ਚੁੱਟਦੇ ਯਾ ਰਾਜ਼ੀ ਆ ਤੇਰੇ ਤੇ 3,80,000 ਤੇ 5 ਲੋ ਜੇ 85,000 ਰੁਪਏ ਦੀ ਝੋਟੀ ਜਿਹੜੀ ਹੈ ਨਾ ਨੰਬਰ 2 ਤੇ ਜਿਹੜਾ ਨਾ ਉਹ ਵੀ ਬਲਾਲ ਇੱਕ ਵਾਰੀ ਜਿਹੜਾ ਨਾ ਇਹ ਭਰਾਵਾਂ ਨੂੰ ਤਕਾਏ ਲੋ ਜੀ ਮਿਣੀ ਜਿਹੜਾ ਨਾ ਮਿਣੀ ਭਾ ਫਿਰ ਥਣ ਗੁੱਲਾ ਵੇਖਣ ਭਰਾ ਜੀ ਬਿਲਕੁਲ ਜੀ ਦੂਜੇ ਸੂਬੇ ਦਾ ਜਿੱਡੀ ਆਵੇ ਨਾ ਭਾ ਠੀਕ ਹੈ ਡਾਈ ਲਿਬਾਸ ਮਾਸ਼ਾਅੱਲਾ ਜੀ ਲਿਬਾਸ ਹਾਈਟ ਵੇਲ ਜਿਹੜੀ ਹੈ ਨਾ ਇਹ ਸਮਝੀ ਦੀ ਵੀ ਭਰਾਵਾਂ ਨੇ ਚੈੱਕ ਕਰਨੀ ਹੈ ਮਿਣੀ ਔਰ ਦੂਜਾ ਸੂਬਾ ਕਿੰਨੇ ਕੁ ਟੰਗਾਂ ਦੀ ਸੂਈ ਹੈ ਇਹ ਭਾ ਇਹ ਤਾਂ ਮਗਰ ਵੀ ਕੱਟਾ ਜੇ ਆ ਕੱਟਾ ਦੇ ਮਗਰ ਵੀ ਇਹ ਤਕਰੀਬਨ 20 ਰੁਪਈਆਂ ਦੇ ਰੰਦੀਆਂ ਵੀ ਸੂਈ ਲੋ ਜੀ ਇਹ ਵੀ ਮੈਲਾ ਛੜਾ ਸਾਡੇ ਮੈਲਾ ਛੜਾ ਸਾਡ ਗਈ ਠੀਕ ਹੋ ਗਿਆ ਜਨਾਬ ਸੂਬੇ 3 ਵਜੇ ਜਿਹੜਾ ਹੈ ਨਾ ਇਹਦੇ ਮੁਕੰਮਲ ਨੇ ਔਰ 98 ਤੇ ਖੇੜਾ ਹੋਵੇ ਜਿੱਦਾਂ ਭਾ ਖਾਣ ਦਾ ਖੇੜਾ ਹੋ ਨਾ ਸੋਣਾ ਇੱਡਾ ਸੋਣਾ ਚੋਣ ਵਧਾ ਹਜ਼ਾਰ ਮਾਈ ਦੀ ਭਾਜੀ ਬੱਕਾ ਚੋਣ ਮਾਸ਼ਾਅੱਲਾ ਚਵਾਈ ਚੰਗੀ ਚਵਾਈ ਚੰਗੀ ਹੈ ਤੇ ਜਿਹੜਾ ਮੀਆਂ ਦੀ ਗੱਲ ਨਹੀਂ ਹੈ ਉਹ ਵੀ ਹੈ ਕਿ ਜਿਹੜਾ ਆਂਦੇ ਨਾਲ ਦਰਿਆ ਮੂਰਾ ਹੋ ਗਿਆ ਨਾ ਪਰ ਨਗਰ ਹੋਵੇ ਸੋਦਾ ਕਰ ਲੋ ਜਿੰਨੀਆਂ ਵੀ ਮੈਂ ਲਿਆਂਦੀਆਂ ਨਾ ਭਾ ਜੀ ਮੈਨੂੰ ਦਵਾਈ ਭਰਾਵਾਂ ਦੀ ਖੜੀਆਂ ਹੀ ਨਿਕਲੀਆਂ ਤੇ ਇਨਸ਼ਾਅੱਲਾ ਚੰਗੀ ਠੀਕ ਹੋ ਗਿਆ ਜਨਾਬ ਲੋ ਜੀ ਮੁਕੰਮਲ ਮਾਈ ਦੀ ਜਿਹੜੀ ਹੈ ਨਾ ਤਸੱਲੀ ਕਰ ਲੈਣੀ ਹੈ ਸਿੰਘ ਹਾਈਟ ਵੇਲ ਔਰ ਲਿਬਾਸ ਥਣ
ਗੱਲ ਉਹ ਕੀਤੀ ਹੈ, ਗੱਲ ਅੱਖ ਸਾਈਜ਼ ਦੀ ਕਰਨੀ ਚਾਹੀਦੀ ਹਰ ਵਾਰੀ ਨਾ, ਗੱਲ ਉਹ ਕਰੋ ਘਰ ਆਇਆ ਸਿਰ ਥੱਲੇ ਨਾ ਹੋਵੇ। ਵੈਰੀ ਗੁੱਡ ਜੀ, ਜਿਹਨੂੰ ਪਹਿਰਾ ਦੇ ਪਹਿਰਾ ਦੇ ਲੈਣਾ। ਗੱਲ ਉਹ ਕਰਨੀ ਹੈ, ਗੱਲਾਂ ਭਾ ਕਰੀਏ ਨਾ, 5-6 ਲੱਖ ਦੀ ਤੁਹਾਨੂੰ ਅੱਜ ਗੱਲਾਂ ਦੱਸਾਂ ਸਿੱਧੀਆਂ। ਠੀਕ ਹੈ, ਜਿਹੜੇ ਭਰਾ ਸਿਆਣੇ ਨੇ ਨਾ, ਆ ਚੀਜ਼ ਨੂੰ ਸਮਝਦੇ ਵੀ ਨੇ। ਜੀ, ਡੰਗਰ ਲੈ ਲੈਣਾ 6-7 ਲੱਖ ਦਾ ਵੀ, ਜੇ ਦੁੱਧ ਦਾ ਭਾ ਡੱਬੇ ਮਾਰੀਏ ਨਾ 16-17 ਉੱਥੇ ਵੱਜਦੇ ਨੇ, ਜੋ ਹੈ ਦੱਸਣਾ ਹੋਵੇ। ਵੈਰੀ ਗੁੱਡ, ਮੈਂ ਤੇ ਸਿਆਣੇ ਭਰਾ ਜਿੰਨੇ ਵੀ ਨੇ ਨਾ, 10-11 ਬੜਾ ਦੁੱਧ ਹੁੰਦਾ। ਗੁੱਡ ਜੀ, ਇਸ ਤੇ ਕੋਲੇ ਇਹਦੇ ਨਾਲ ਭਾ ਜੀ 12-12 ਦੁੱਧ। ਠੀਕ ਹੋ, ਮਾਸ਼ਾਅੱਲਾ ਜਨਾਬ ਜੀ। ਭਾਈ ਮੇਰੇ ਇੱਕ ਭਰਾ ਨੂੰ ਅੰਦਾ ਵਿੱਚ ਜਨਾਬ ਨੇ ਪੱਕਾ ਮੁਲਕ ਹੈ, ਝੋਟੀ ਤੇਰਾ ਮੁਲਕ ਹੈ। ਠੀਕ ਹੈ, ਲੇਕਿਨ ਮੈਂ ਨਹੀਂ ਇਹਦਾ 3.5 ਵੀ ਲਾਣਾ। ਵੈਰੀ ਗੁੱਡ ਜਨਾਬ, ਗੱਲ ਇਹ ਤਾਂ ਕੀ ਹੈ, ਅੱਜ ਨਾ ਤੈਰਾਕੀ ਕਰਨੀ ਹੈ, ਸ਼ਾਮ ਨੂੰ ਨਾ ਵਿਹਲੇ ਹੋਈਏ। 1-2-3-4 ਇਹ ਹੀ ਹੋਵੇ। ਠੀਕ ਹੈ, ਪਿਛਲੀ ਵਾਰੀ ਲਾਂਦਾ ਗਿਆ ਤੇ ਮੈਂ ਨਾ ਪਹਿਲੀਆਂ ਕਾਲਾਂ ਦੇ ਗਾਣਾ ਗੇਮਾਂ ਹੁੰਦੀਆਂ ਰਹੀਆਂ ਨੇ, ਵਿਕ ਗਿਆ ਨਾ। ਮੈਂ ਕਿਹਾ ਮਾਲ ਮੁੱਲ ਭਾਜੀ ਵਿਕਦਾ, ਗੱਲ ਕਰੀ ਜਾਇਦ ਕਰੀਆਂ, ਰੋਜ਼ੀ ਲਵੀ ਦੀ ਹੈ ਤੇ ਲੈਣੀ ਵੀ ਹੈ ਤੇ ਲੈਣੀ ਅੱਖ ਸਾਚ ਦੀ ਜਾਇਦ ਲੈਣੀ ਹੈ। ਕਿੰਨੇ ਦੇ ਜਨਾਬ? ਭਰਾ ਮਾਸ਼ਾਅੱਲਾ ਜਾਂਦੇ ਨੇ, ਕਿਸੇ ਭਰਾ ਨੂੰ ਪਸੰਦ ਆਈ 3,40,000 ਝੋਟੀ ਦੇ। ਯਾ ਰਾਜ਼ੀ ਹੈ, ਤੇਰੇ ਤੋਂ 3,00,000 ਤੇ 40,000 ਦੇ ਬੱਚਾ ਕਿਹੜਾ ਜੇ ਦਾ? ਬੱਚਾ ਦਾ ਉਹ ਬੈਠੇ ਆ, ਲੋ ਜੀ ਬੈਠੇ ਆ ਬੱਚਾ ਜਿਹੜਾ ਨਾ ਬਲਾਲ, ਨਾਲ ਹੀ ਟਿਕਾਣਾ ਦਿਓ ਜੀ ਅੱਗੇ ਕੋਲ ਲੋ ਜੀ ਝੋਟੀ ਜਿਹੜੀ ਹੈ ਨਾ, ਤੇ ਨੰਬਰ 3 ਜਿਹੜੀ ਹੈ ਨਾ, ਉਹ ਵੀ ਬਲਾਲ ਵਹਾਏ 6 ਮੱਝਾਂ ਜਨਾਬ ਅੱਜ ਦੀ ਵੀਡੀਓ ਦੇ ਵਿੱਚ ਲੱਗਣੀਆਂ ਨੇ, ਜਿਨ੍ਹਾਂ ਦਾ ਮੁੱਲ ਜਿਹੜਾ ਹੈ ਨਾ ਇਹ ਲਾਣਾ ਲੋ ਜੀ ਅੱਗੇ ਆ ਕੇ ਜੇ ਨੰਬਰ ਜਿਹੜੀ ਹੈ ਨਾ ਜੀ 3। ਵੈਰੀ ਗੁੱਡ ਜੀ, ਝੋਟੀ ਹੁਣ ਸੂ ਪਈ ਹੈ, ਬੱਚਾ ਕਿਸ ਲੋ ਜੀ ਮਗਰ ਇਹਦੇ ਜਨਾਬ ਕੱਟਾ ਸਰ ਕਿੰਨੇ ਕੁ ਦਿਨ ਹੋ ਗਏ? ਸੱਟ ਗਈ ਆ ਤਕਰੀਬਨ, ਇਹਨੂੰ ਵੀ ਨਾ 7-8 ਵਟਾ ਲੋ ਜੀ, ਇਹ ਵੀ ਦੋ ਤੇ ਲਾ ਕੇ ਦੋਵੇਂ ਦੇ ਤਰਾਵੇ ਮੁਕੰਮਲ ਨੇ ਜਨਾਬ। ਪਹਿਲਾਂ ਝੋਟੀ ਦੇ ਮੂੰਹ ਚੁੱਕੇ ਜੇ, ਮੂੰਹ ਦੀ ਚੁੱਕੀ ਜੇ ਲੋ ਜੀ, ਮੂੰਹ ਚੋਂ 6 ਦੰਦ ਮਾਸ਼ਾਅੱਲਾ ਜੀ, ਅੱਖਾਂ ਆਈ ਤੇ ਵੇਲ ਸਿੰਘ ਔਰ ਬਰੀਕੀਆਂ ਜਿਹੜੀਆਂ ਨਾ ਪਹਿਲਾਂ ਹੋ ਕੇ ਭਾਜੀ ਫਿਰ ਬੁੱਲੇ ਵੇਖੋ, ਐਂ ਪੀੜੀ ਦੇ ਪਾਵੇ ਹਾਰ ਨਾ ਚਵਾਂ ਨੁਕਰਾਂ ਦੇ ਲੱਗੇ ਨੇ ਜੀ। ਬਿਲਕੁਲ ਪੂਰਾ ਐਂ ਸੁਆ ਰਹਦੀ ਹੈ ਲਿਬਾਸ ਪਈ, ਪੂਰਾ ਨੂਰ ਵਾਲੀ, ਪੂਰਾ ਜਿਹਨੂੰ ਆਂਦੇ ਨਾ ਭਾ ਜੀ ਚਮੜਾ ਵੀ ਪੁੱਟ ਕੇ ਜਿੱਥੋਂ ਆਏ ਨਾ ਕਾਗਜ਼ਾਰ ਬੱਚੇ ਨਾ ਭਾਵ ਜੀ ਹੱਥ 'ਚ ਪਿਆ ਹੁੰਦਾ ਗੰਨੇ ਦੇ ਛਿੱਲੜ ਆ ਛਿੱਲੜ ਆ ਤੇ ਭਾਜੀ ਪੂਛਣ ਵੇਖੋ ਆ ਹੀ ਨਸਲਾਂ ਨੇ ਬਣਨੀ ਹੈ ਭਾਈ ਬੱਚਰ ਉਧਰ ਹੀ ਬਣਨੀਆਂ ਨੇ ਤਾਂ ਕਿ ਬਲਾਲ ਇੱਕ ਵਾਰੀ ਜਿਹੜਾ ਹੈ ਨਾ ਤੇ ਲਬਾਸ ਜਿੰਨੇ ਮਰਜ਼ੀ ਪੇ ਵੱਟ ਦੋ ਬਸ ਪੂਛਣ ਠੀਕ ਹੈ ਨਾ ਪੂਛਣ ਦੀ ਮਾਸ਼ਾਅੱਲਾ ਵੰਗਾ ਲਾਂਦੇ ਹੋ ਸੋ ਵੰਗਾ ਹੋਲ ਥੋੜਾ ਕਰਦੀ ਹੈ ਪਹਿਲਣ ਦੇ ਵਿੱਚ ਠੀਕ ਹੈ ਤੇ ਹੋਲ ਵੀ ਇੰਨੀ ਨਹੀਂ ਕਰਦੀ ਹੈ ਉਹਨੇ ਭਰਾਉਣ ਪਾ ਦੱਸਣਾ ਹੈ ਉਹ ਜਿਹੜੀ ਨਾ ਸੌ ਸੀਲ ਜਿਹੜੀ ਭਰਾ ਠੀਕ ਹੈ ਕੱਲੀ ਇਹ ਚੀਜ਼ ਦੀ ਇਹ ਵੰਗੇ ਲੱਗੀ ਵੰਗੇ ਲੱਗੀ ਵੈਰੀ ਗੁੱਡ ਜਨਾਬ ਕਿਉਂਕਿ ਵੰਗਾ ਲਾਣਾ ਚਾਹੀਦਾ ਵੰਗਾ ਜ਼ੇਵਰ ਹੈ ਜਿਹੜਾ ਨਾ ਲੋ ਜੀ ਕੀ ਕੁ ਦੁੱਧ ਇਸ ਟਾਈਮ ਪਹਿਲਾਂ ਝੋਟੀ ਦੁੱਧ ਪਾਏ ਦੇਖੋ ਸਾਰੀ ਥਲੇ 12 ਸੇ ਸਾਰੀ ਕੋਲੇ ਲੋ ਜੀ ਕੁੰਜ ਕੇ ਚੋ ਲੈਣੀ ਹੈ ਦੋਵੇਂ ਟਾਈਮ ਪਹਿਲਾਂ ਝੋਟੀ ਹੈ ਬੱਚਾ ਮਗਰ ਇਹਦੇ ਜਨਾਬ ਕੱਟਾ ਦੇ ਦੁੱਧ 12 ਕਿਲੋ ਜਿਹੜਾ ਹਾਜ਼ਰ ਮੌਜੂਦ ਹੈ ਭਾਈ ਮੈਂ ਦੱਸਾਂ ਕਿੰਨੇ ਦੀ ਝੋਟੀ ਦੇ ਸਕਦੇ ਝੋਟੀ ਦਾ ਭਾਅ ਪੱਕਾ ਆ ਮੁੱਲ ਕਰ ਹੜਨਾ ਇਹਦਾ ਜਿੱਡਾ ਸੋਨਾ ਗੁੱਲਾ ਗੁੱਲਾਂ ਦਾ ਹੀ ਮੁੱਲ ਮੈਂ ਗੋਲੇ ਦਾ ਹੀ ਮੁੱਲ ਕਰ ਹੜਨਾ ਥਾਣ ਦਾ ਹੀ ਠੀਕ ਹੈ ਕਿਸੇ ਭਰਾ ਨੂੰ ਪਸੰਦ ਆਈ 3,60,000 ਦੀ ਝੋਟੀ ਦੇ ਜਾ ਰਾਜ਼ੀਆਂ ਤੇ 3,60,000 ਦੀ ਇਹੀ ਹੈ ਨਾ ਬੱਚਾ ਇਹਦਾ ਸਾਹਮਣੇ ਬੁਲਾ ਲਓ ਬੱਚਾ ਜਿਹੜਾ ਨਾ ਨਾਲ ਹੀ ਕੱਟਾ ਇਦਾਂ ਵੀ ਟਕਾ ਸਕਦਾ ਨਾ ਤਾਂ ਸ਼ਾਲਾ ਤਾਲਾ ਭਾ ਮੋਲ ਐਂ ਦੇ ਕਰਾਂਗਾ ਜਿੰਨੇ ਵੀ ਭਰਾ ਕਾਲ ਕਰਦੇ ਨਾ ਸਭ ਨੂੰ ਪਹਿਲਾਂ ਆਂਦੇ ਨੇ ਮਾਸ਼ਾਅੱਲਾ ਠੀਕ ਹੈ ਤੇ ਸਹੀ ਮਾਸ਼ਾਅੱਲਾ ਸੁਣ ਕੇ ਹੀ ਨਾ ਦਿਲ ਖੁਸ਼ ਹੋ ਜਾਂਦਾ ਮਾਸ਼ਾਅੱਲਾ ਕੋਈ ਆਖੇ ਹੋਈ ਬੜਾ ਵੈਰੀ ਗੁੱਡ ਜੀ ਕੋਸ਼ਿਸ਼ ਹੁੰਦੀ ਹੈ ਕਿ ਖਿੱਚ ਕੇ ਜਿਹੜਾ ਹੈ ਨਾ ਝੋਟੀਆਂ ਲੈ ਕੇ ਆਵਣੀਆਂ ਨੇ ਮੁੱਲ ਜੈਸ ਤੋਂ ਜੈਸ ਜਿਹੜਾ ਆ ਭਰਾ ਕਰਦੇ ਆ ਜਿਨ੍ਹਾਂ ਕੋ ਲਵੀ ਦੀਆਂ ਨੇ ਜੀ
ਮਗਰੋਂ ਲਈਆਂ ਉਹਨਾਂ ਭਾ ਖਿੱਚ ਕੇ ਤੁਹਾਡੇ ਵਾਲੀ ਗੱਲ ਤੇ ਫਿਰ ਉਹਦੀ ਜਾਇਦ ਕਰਕੇ ਨਾ ਦਿਲ ਸਾਡਾ ਵੀ ਪਿਆ ਕਰਦਾ ਉੱਥੇ 50 ਧਰੀਏ ਲੇਕਿਨ ਇੱਕ ਨਾ ਆਪਣਾ ਤਸਲਸਲ ਰੱਖੇ ਆ ਕਿ ਸ਼ਾਮ ਨੂੰ ਵਿਹਲੇ ਆਉਣਾ ਹੈ ਵੈਰੀ ਗੁੱਡ ਜੀ ਤੇ ਉਹਦੀ ਜਾਇਦ ਲੈਣੀ ਹੈ ਭਰਾ ਕੋਸ਼ਿਸ਼ ਕਰਨੀ ਹੈ ਕਿ ਰੋਜ਼ੇ ਪਿਛਲੇ ਘਰੋਂ ਜਿਹੜਾ ਹੈ ਲੈ ਕੇ ਆਉਣੀ ਲੋ ਜੀ ਭਾਈ ਮੈਂ ਦੱਸਾਂ ਰੱਖਿਆ ਕਿ ਜੀ ਮਾ ਜਿਹੜੀ ਹੈ ਨਾ ਨੰਬਰ 4 ਇੱਕ ਰੰਗ ਜੇ ਇੱਕ ਰੰਗ ਜੀ ਭਾ ਹਾਂ ਫਿਰ ਭਰਾ ਵੇਖਣ ਕਿੱਡਾ ਸੋਹਣਾ ਹੈ ਜਿੱਡਾ ਮੋਟਾ ਚਵਾ ਗੁੱਲਾ ਨਾ ਭਾ ਤੇ ਤੂੰ ਮੋਟਾ ਚਵਾ ਨਾ ਹੋਵੇ ਤਾਂ ਗੱਲ ਨਹੀਂ ਵੈਰੀ ਗੁੱਡ ਜਨਾਬ ਇੰਜ ਦਾ ਚਵਾ ਹੋਵੇ ਇੰਜ ਦੇ ਚਵਾਈ ਹੋ ਫਿਰ ਭਾਜੀ ਤੋਰ ਨਹੀਂ ਤੂੰ ਲੈ ਕੇ ਸਾਰ ਦਾ ਲਬਾਸ ਵੇਖ ਔਰ ਥਾਣੇ ਗਾੜੀ ਦਾ ਵੀ ਪਛਾੜੀ ਦਾ ਵੀ ਇੱਕੋ ਜਿਹਾ ਹੋਵੇ ਮਾਸ਼ਾਅੱਲਾ ਜਨਾਬ ਥਾਣੇ ਚਾਰੇ ਜਿਹੜੇ ਨੇ ਨਾ ਤੇ ਮੰਜੇ ਦੇ ਚੈੱਕ ਕਰਨੇ ਨੇ ਫਿਰ ਮੂੰਹ ਦੀਆਂ ਸਾਲਤਾਂ ਜਿਹੜੀਆਂ ਨਾ ਇਹ ਵੀ ਵਹਾ ਸਣੀਆਂ ਨੇ ਕਿ ਜਿੱਥੇ ਦਿਲ ਕਰਦਾ ਮੂੰਹ ਪਾਟ ਲਓ ਮਾਜ ਦੋਵੇ ਟਾਈਮ ਫਾਪੜਾ ਮਾਰ ਕੇ ਕੋਈ ਚੀਜ਼ ਅੱਗੇ ਨੀ ਕੋਈ ਚੀਜ਼ ਨਹੀਂ ਵੰਗਾ ਨੀ ਲਾਣਾ ਨਹੀਂ ਵੰਗਾ ਲੱਗਦਾ ਵੰਗੇ ਲੱਗੇ ਠੀਕ ਹੋ ਗਿਆ ਵੰਗਾ ਲਾ ਕੇ ਥੱਲੇ ਬਹਿ ਜਾਣਾ ਤੇ ਮਾਜ ਪਸਮ ਜੇ ਕੇ ਜਿਹੜਾ ਨਾ ਭਾ ਟੀਕੇ ਤੇ ਹੋਈ ਨਾ ਉਹਨੂੰ ਟੀਕਾ ਵੀ ਦੱਸਾਂਗਾ ਜਿਹੜੀ ਪਾੜੇ ਤੇ ਹੋਵੇ ਪਾੜੇ ਤੇ ਵੀ ਦੱਸੀ ਦੀ ਹੈ ਵੈਰੀ ਗੁੱਡ ਜਨਾਬ ਨਸੀਬ ਅੱਗੇ ਮੈਂ ਅਕਸਰ ਗੱਲ ਕਰਦਾ ਨਾ ਭਰਾਵਾਂ ਆਪਣੇ ਲੈਣੇ ਤੇ ਮੈਂ ਆਪਣੇ ਲੈਣੇ ਲੇਕਿਨ ਗੱਲ ਕਿਸੇ ਦੀ ਗੱਲ ਕੀ ਸੱਚੀ ਕਰਨੀ ਹੈ ਜੇ ਚੀਜ਼ ਦਾ ਪਹਿਰਾ ਦੇ ਲੈਣਾ ਠੀਕ ਹੋ ਗਿਆ ਰਜ਼ਕ ਮੇਰਾ ਰੱਬ ਦੀ ਜ਼ਾਤ ਤੇ ਵੱਧ ਅੱਲਾ ਸ਼ਰੀਕ ਦਾ ਕੋਨੇ ਦੇਣਾ ਜੋ ਮੇਰੇ ਮੁਕੱਦਰਾਂ 'ਚ ਲਿਖੜਿਆ ਜੀ ਬਿਲਕੁਲ ਜਨਾਬ ਤੇ ਦੁਆ ਭਰਾ ਦੇਣ ਨਾ ਤੇ ਉਹ ਹੀ ਬੜੀ ਹੁੰਦੀ ਹੈ ਇੱਕ ਅੱਡੀ ਦੀ ਮਾਜ ਜੋ ਜੀ ਅੱਡੀ ਵੀ ਤੇ ਫਿਰ ਪੁੱਠਾ ਵੀ ਜਿਹੜਾ ਨਾ ਇਹ ਵੀ ਚੈੱਕ ਕਰਨਾ ਭਾਈ ਮੈਂ ਦੱਸਾਂ ਰੇ ਕੀ ਕੁ ਦੁੱਧ ਹੱਥ ਮਾਜ ਕੋਲ ਦੁੱਧ ਭਾ ਝੋਟੀ ਕੋ ਸਾਰੀ ਥਲੇ ਯਾਰਾ ਸੇ ਸਾਰੀ ਕੋਲ ਲੋ ਜੀ ਕੋਨ ਜੇ ਕੇ ਚੋ ਲੈਣਾ ਕਿਉਂਕਿ ਇਹਦਾ ਬੱਚਾ ਕੋਨੇ ਸਟੂਡੈਂਟ ਹੈ ਸਾਰੀ ਦਾ ਦੁੱਧ 11 ਕਿਲੋ ਹਾਜ਼ਰ ਮੋਕਿਆ ਲੋ ਜੀ ਭਾਈ ਮੈਂ ਦੱਸਾਂ ਕਿੰਨੇ ਦੀ ਮਾਜ ਦੇ ਸਕਨੀ ਭਾ ਪੱਕਾ ਜਿਹਾ ਮੁੱਲ ਕਾਰਖਾਨਾ ਜਾ ਹੁੰਦਾ ਤੇ ਗੱਲਾਂ ਹੋਰ ਹੀ ਕਰਨੀਆਂ ਹਨ ਠੀਕ ਹੈ ਤੇ ਇਹਦਾ ਵੀ ਪੱਕਾ ਜਿਹਾ ਕਾਰਖਾਨਾ ਜਿਨੇ ਹੀ ਦੇਖਣੀ ਤੇ ਕਿਸੇ ਭਰਾ ਨੂੰ ਪਸੰਦ ਆਈ 3 ਲੱਖ ਸਾਤੀ ਛੁੱਟੀ ਦੇਣਾ ਯਾਰ ਰਾਜ਼ੀ ਆ ਤੇਰੇ ਤੋਂ 3 ਲੱਖ ਤੇ 10000 ਰੁਪਏ ਦੀ ਲੋ ਜੀ ਛੁੱਟੀ ਜਿਹੜੀ ਜੇ ਨਾ ਗੱਲ ਦੱਸਾਂ ਭਾ ਤੁਹਾਨੂੰ ਜੀ ਯਕੀਨ ਮੰਨੋ ਮਨੂੰ ਕੋਈ ਸੋਚ 90 ਕਾਲਾਂ ਹੁੰਦੀਆਂ ਨੇ ਠੀਕ ਹੈ ਜਿਹੜੇ ਭਰਾ ਨਾਲ ਮਾਸ਼ਾਅੱਲਾ ਤੇ ਦਾਤ ਦਿੰਦੇ ਨੇ ਜੀ ਕਿ ਨਾ ਤੇਰੇ ਮੁੱਲ ਜਾਇਦ ਹੁੰਦੇ ਮੁੱਲ ਪਸੰਦ ਆ ਮੁੱਲ ਪਸੰਦ ਹੁੰਦੇ ਨੇ ਗੱਲ ਐ ਵੇ ਰੋਜ਼ੀ ਅੱਗੇ ਕੀਤੀ ਆਖਿਆ ਲਵੀ ਦੇ ਲਵੀ ਦੀ ਅੱਖਾਂ ਜੀ ਵੈਰੀ ਗੁੱਡ ਜੀ ਤੇ ਜਾਇਜ਼ ਲੋ ਜੀ ਭਾਈ ਮੈਂ ਦੱਸਾਂ ਰੱਖੇ ਆ ਕੇ ਜੇ ਨੰਬਰ ਜਿਹੜੀ ਇਹਨਾਂ 5 ਹੈ ਸਵਾ ਕੇ ਲਿਆ ਜੇ ਛੋਟੇ ਸਵਾ ਛੋਟੀ ਭਾ ਪਹਿਲਾਂ ਲਿਆ ਜੇ ਠੀਕ ਹੋ ਗਿਆ ਮਗਰ ਇਹਦੇ ਕੱਟੀ ਜੇ ਤਕਰੀਬਨ ਕੋਈ ਨਾ 1.5 ਮਹੀਨੇ 1.5 ਦੀ ਸੂਈ ਲੋ ਜੀ 1.5 ਮਹੀਨੇ ਦੀ ਜਿਹੜਾ ਨਾ ਸੂਈ ਹੈ ਮਗਰ ਕੱਟੀ ਹੈ ਤੇ ਪਹਿਲ ਮਾਸ਼ਾਅੱਲਾ ਜਨਾਬ ਕੱਪੜਿਆ ਸੁਭਾ ਪੂਰੇ ਠੀਕ ਹੈ ਉਂਝ ਨਾ ਨੂਰੇ ਵਾਲੀ ਆ ਹੈ ਖਰੀ ਕੱਪੜੇ ਘਰ ਦੇ ਕੱਪੜੇ ਘਰ ਦੇ ਥਾਣੇ ਵੇਖੋ ਕਿੱਡਾ ਸੋਹਣਾ ਠੀਕ ਹੈ ਤੇ ਜਿਹੜਾ ਮੈਂ ਦਾ ਬਾਗ ਮੁੱਲਾ ਹੜਨਾ ਨਾ ਜੀ ਬਿਲਕੁਲ ਤੁਸੀਂ ਵੀ ਮਾਸ਼ਾਅੱਲਾ ਮੇਰੇ ਹਾਂ ਨਾਲ ਵੀਡੀਓ 'ਚ ਆ ਵੈਰੀ ਗੁੱਡ ਜਨਾਬ ਇਹਦਾ ਮੁੱਲ ਘਰ ਹੜਨਾ ਬਾਅਦ ਠੀਕ ਹੋ ਗਿਆ ਲੋ ਜੀ ਮਗਰ ਵੀ ਇਹਦੇ ਜਨਾਬ ਕੱਟੀ ਕੀ ਕੁ ਦੁੱਧ ਝੋਟੀ ਕੋ ਆ ਦੁੱਧ ਭਾ ਇਹਦੇ ਕੋ ਸਾਰੀ ਥੱਲੇ 10 ਤੇ 9 ਦੀ ਥੱਲੀ ਲਵਾ ਲੋ ਜੀ ਸਾਰੀ ਕੋਲੇ 9 ਕਿਲੋ ਮਗਰ ਇਹਦੇ ਕੱਟੀ ਐ ਹੀ ਹੈ ਨਾ ਇਹੀ ਕੱਟੀ ਲੋ ਜੀ ਬਲਾਲ ਕੱਟੀ ਵੀ ਜਿਹੜੀ ਹੈ ਨਾ ਉਹ ਵੀ ਨਾਲ ਹੀ ਤਕਾਸਣ ਨਹੀਂ ਹੈ ਬੜਾਈ ਸਾਹਿਬ ਦੀ ਗ੍ਰੇਟ ਕਿੰਨੇ ਦੀ ਝੋਟੀ ਦੇ ਸਕਣੀ ਹਾਂ ਕਰੀਏ ਦਾ ਭਾ ਜੀ ਜੀ ਬਿਲਕੁਲ ਐਨਾ ਪਹਿਲੀ ਕਾਲ ਤੇ ਪਹਿਲੀ ਗੱਲ ਹੋਵੇ ਤੜਾ ਕਿਤੜਾ ਤੜਾ ਕੀ ਹੋਵੇ ਕਿੰਨੇ ਕਿਸੇ ਭਰਾ ਨੂੰ ਪਸੰਦ ਆਈ 2,00,000 ਸਾਡੀ ਝੋਟੀ ਦੇ ਯਾਰ ਰਾਜ਼ੀ ਹਾਂ ਤੇਰੇ ਤੇ 2,60,000 ਲੋ ਜੀ ਜਿਸ ਭਰਾ ਨੂੰ ਪਸੰਦ ਆਵੇ ਨਾ ਝੋਟੀ ਨੰਬਰ 5 ਜਿਹੜੀ ਹੈ ਨਾ ਇਹ 2,60,000 ਰੁਪਏ ਦੇ ਮੁੱਲ ਭਾ ਬੜੇ ਪੱਕੇ ਜਿਹੇ ਹੁੰਦੇ ਨੇ ਭਰਾ ਮੇਰੇ ਨਾ ਮਾਰ ਵੀ ਵੇਖਣ ਚਲੋ ਭਰਾ ਮਾਸ਼ਾਅੱਲਾ ਦਾ ਦੰਦੇ ਵੀ ਨੇ ਠੀਕ ਹੈ ਤੇ ਕੋ ਨਹੀਂ ਭਰਾ ਮੇਰੇ ਨਾਲ ਇੰਨੀ ਬਹਿਸ ਕਰਦੇ ਵੈਰੀ ਗੁੱਡ ਦੇਖੋ ਜੀ ਭਾਈ ਮੈਂ ਦੱਸਾਂ ਮਾਲ ਪੱਕਾ ਮੁੱਲ ਪੱਕਾ ਹੁੰਦਾ ਤੇ ਕੋਈ ਭਰਾ ਬਹਿਸ ਨਹੀਂ ਕਰਦਾ ਲੋ ਜੀ ਅੱਗੇ ਆ ਕੇ ਜੀ ਨੰਬਰ 6 ਦੇ ਲੇਕਿਨ 5 ਕਲਿਆਣ ਨੇ 5 ਕਲਿਆਣ ਭਾ ਜੀ ਤੇ ਫਿਰ ਚੰਗੀਆਂ ਵਾਲੀ ਨਿਸ਼ਾਨੀ ਵੀ ਜੀ ਬਿਲਕੁਲ ਮੋੜੋ ਜੀ ਉਧਰ ਨੂੰ ਜਿਹੜਾ ਨਾ ਇੱਕ ਵਾਰੀ ਚੱਕਰ ਲਵਾ ਬਲਾਲ ਨੂੰ ਤਕਾਣ ਦਿਓ ਜਿਹੜਾ ਨਾ 5 ਕਲਿਆਣ ਔਰ ਨੰਬਰ 6
ਔਰ ਅੱਜ ਦੀ ਵੀਡੀਓ ਦੇ ਆਖਰ ਹੀ ਜਿਹੜਾ ਨਾ ਬੱਚਾ ਦਾ ਮਰ ਗਿਆ ਤਕਰੀਬਨ ਡੇਢ ਦੋ ਮਹੀਨੇ ਲੋ ਜੀ ਰੱਸਾ ਉੱਤੇ ਸੱਟ ਲੈਣਾ ਔਰ ਜੂੜ ਲਾ ਲੈਣਾ ਜਿਹੜੀ ਗੱਲ ਹੈ ਭਾਰ ਦੱਸਣੀ ਹੈ ਤੇ ਜਿਹੜੀ ਚੰਗੀ ਵਾਲੀ ਨਿਸ਼ਾਨੀ ਵਿੱਚ ਰੱਖੀ ਤੂੰ ਨਾ ਉਹ ਹੱਕ ਵੀ ਦਾ ਕੀਤੇ ਆ ਵੈਰੀ ਗੁੱਡ ਜੀ ਬੰਗਾ ਲਾ ਕੇ ਥੱਲੇ ਪੈ ਜਾਣਾ ਥਾਪੜਾ ਮਾਰ ਕੇ ਤੇ ਮੱਝ ਹੱਲਣ ਨਹੀਂ ਲੱਗੇ ਲੋ ਜੀ ਧਾਰ ਦੇਣੀ ਤੇ ਪਸਮ ਜਾਣਾ ਇਹ ਇਹਦਾ ਭਾ ਜੀ ਮਿਲਣ ਗਿਲਣ ਜੇ ਇਹ ਇਹਦਾ ਪਸਮਾ ਜੇ ਠੀਕ ਹੈ ਤੇ ਚੋਣ ਏਡਾ ਕ ਧਾਰ ਦੀ ਪੋਲੀ ਹੋਵੇ ਤੇ ਕੋਈ 11 12 ਸਾਲ ਦਾ ਬੱਚਾ ਹੋਇਆ ਨਾ ਭਾ ਜੀ ਕੋਈ ਬੈਗ ਚੋਣਾ ਕਿਉਂਕਿ ਥਣ ਚੰਗਾ ਜਿਹੜਾ ਕੇਲੇ ਦੀ ਫਲੀ ਯਾਰ ਮਾਸ਼ਾਅੱਲਾ ਆ ਵੀ ਭਾ ਬੜੀ ਚੰਗੀ ਮਾਸ਼ਾਅੱਲਾ ਜਨਾਬ ਕੀ ਕੁਦੂ ਦੀ ਜਿਹਾ ਟਾਈਮ ਤੋਂ ਭਾ ਇਹਦੇ ਕੋ ਸਾਰੀ ਥਲੇ 9 ਸਰ ਸਾਰੀ ਕੋਲ 8 ਸਰ ਦੀ ਗਰੰਟੀ ਦਿਓ 8 ਸਰ ਦੀ ਗਰੰਟੀ ਲੋ ਜੀ 9 ਹੈ ਲੇਕਿਨ 8 ਕਿਲੋ ਹਾਜ਼ਰ ਮੁੱਕਿਆ ਸਾਰੀ ਦਾ ਜਿਹੜਾ ਹੈ ਨਾ ਇਹ ਤਸੱਲੀ ਹੈ ਭਾਈ ਮੈਂ ਦੱਸਰ ਕਿੰਨੇ ਦੀ ਇਨਸ਼ਾਅੱਲਾ ਜਿੰਨੀਆਂ ਵੀ ਭਾ ਜੋਦ ਮੈਂ ਦੱਸਿਆ ਨਾ ਕਿਸੇ ਭਰਾ ਕੋ ਸਾਂਭ ਕੀਤੀ ਨਾ ਇਨਸ਼ਾਅੱਲਾ ਸੇਰ ਰੇਟ ਵਧਣ ਦੀਆਂ ਮੈਂ ਨਹੀਂ ਇਹਨਾਂ ਕ 4 ਸਿਰ ਵਧਣ ਠੀਕ ਹੋ ਗਿਆ ਲੇਕਿਨ ਸੇਰ ਰੇਟ ਲਾਜ਼ਮੀ ਵਧਣ ਦੀਆਂ ਦਾ ਰਸਾ ਸੀ ਠੀਕ ਹੋ ਗਿਆ ਜਨਾਬ ਲੋ ਜੀ ਭਾਈ ਮੈਂ ਦੱਸਰ ਕਿੰਨੇ ਦੀ ਪਾਣੀ ਕਲਿਆਣ ਦੇ ਸਕਦੇ ਆਖਰੀ ਇੱਕ ਵੀਡੀਓ ਦੀ ਇੰਜ ਨਾ ਆਖਰੀ ਜਿਹਾ ਕਰ ਕੇ ਨਾ ਮਾਸ਼ਾਅੱਲਾ ਦਾ ਮੁੱਲ ਕਰ ਰਹੀ ਹੈ ਠੀਕ ਹੈ ਜੀ ਕਿਸੇ ਭਰਾ ਨੂੰ ਪਸੰਦ ਆਈ ਨਾ 2,40,000 ਚੁੱਕ ਦੇ ਜਾ ਰਾਜ਼ੀ ਹਾਂ ਤੇਰੇ ਤੋਂ 2,40,000 ਤੇ ਦੁੱਧ ਭਾ ਜੀ 9-8 ਦੀ ਗਰੰਟੀ ਹੈ ਜੀ ਠੀਕ ਹੈ ਉਂਝ ਵੀ ਭਾ ਲੈਣ ਜਾਂ ਵੀ ਇਹਨਾਂ ਤੇ ਇਹ ਉਹ ਮੁੱਲ ਇੰਨੇ ਦਾ ਵੀ ਜੀ ਬਿਲਕੁਲ ਤੇ ਫਿਰ ਗਰਮੀ ਵੀ ਜਿਹੜੀ ਹੈ ਨਾ ਉਹ ਵੀ ਅੱਜ ਵੇਖ ਲੈਣੀ ਹੈ ਮਾਲ ਵੀ ਵੇਖ ਲੈਣਾ ਐਸੇ ਵਾਸਤੇ ਮੁੱਲ ਅੱਜ ਘੁੱਟ ਕੇ ਲਾਏ ਨੇ ਕਿ ਕਹਣਾ ਜੀ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਨਾਰਾ ਮਾਰਨਾ ਜੀ ਪਾਕਿਸਤਾਨ ਜ਼ਿੰਦਾਬਾਦ ਪਾਕ ਫੌਜ ਜ਼ਿੰਦਾਬਾਦ ਨਾਰੇ ਹੈਦਰੀ।